ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸੋ US ਸਟੱਡੀ ਵੀਜ਼ਾ, US ਸਟੱਡੀ ਵੀਜ਼ਾ ਇਸ ਸਮੇਂ ਜ਼ਬਰਦਸਤ ਤਰੀਕੇ ਨਾਲ ਫਲੋਟ ਕਰ ਰਿਹਾ ਹੈ। ਮਾਰਕੀਟ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਸਟੂਡੈਂਟਸ ਵੀਜ਼ਾ ਲੈ ਕੇ ਆ ਰਹੇ ਨੇ, ਔਰ ਅੰਬੈਸੀ ਤੋਂ ਵੀ ਰਿਸਪੋਂਸ ਬਹੁਤ ਸ਼ਾਨਦਾਰ ਚੱਲ ਰਿਹਾ। ਇਸ ਟਾਈਮ US ਉਹ ਕੰਟਰੀ ਬਣਿਆ ਹੋਇਆ ਜਿੱਥੇ ਵਿਦਆਊਟ ਆਈਲੈਟਸ ਬੱਚੇ ਆਪਣੇ ਵੀਜ਼ਾ ਹਾਸਲ ਕਰ ਰਹੇ ਨੇ। US ਉਹ ਕੰਟਰੀ ਬਣਿਆ ਹੋਇਆ ਜਿਹਨੇ ਇਮੀਗ੍ਰੇਸ਼ਨ ਲਈ ਟਾਰਗੇਟ ਤੱਕ ਸੈੱਟ ਕਰ ਦਿੱਤੇ ਜਿਹੜੇ ਉਹਨਾਂ ਨੇ ਕਦੀ ਇਤਿਹਾਸ ਦੇ ਵਿੱਚ ਨਹੀਂ ਸੀ ਕੀਤੇ। 2024 ਦੇ ਲਈ ਉਹਨਾਂ ਦਾ ਟਾਰਗੇਟ 12 ਲੱਖ ਵੀਜ਼ੇ, 1.2 ਮਿਲੀਅਨ ਵੀਜ਼ਾਸ ਇਸ਼ੂ ਕਰਨਾ ਆ, ਅਲੱਗ ਅਲੱਗ ਕੈਟਾਗਰੀਜ਼ ਨੂੰ ਲੈ ਕੇ, ਔਰ ਇਹਦੇ ਵਿੱਚ ਸਟੂਡੈਂਟ ਕੈਟਾਗਰੀ ਨੂੰ ਮੇਜਰ ਰੱਖਿਆ ਹੋਇਆ। ਸਪਟੈਂਬਰ ਇਨਟੇਕ ਜਿੱਥੇ ਕਿ ਹੁਣ ਕਲੋਜ਼ਿੰਗ ਵੱਲ ਵੱਧ ਰਿਹਾ, ਉਹਦੇ ਨਾਲ ਦੀ ਨਾਲ ਉਹਨਾਂ ਨੇ ਜਨਵਰੀ ਇਨਟੇਕ ਲਈ ਅਪੁਆਇੰਟਮੈਂਟਸ ਓਪਨ ਕਰ ਦਿੱਤੀਆਂ ਨੇ। ਮਤਲਬ ਨਵੰਬਰ ਡਿਸੰਬਰ ਦੀਆਂ ਅਪੁਆਇੰਟਮੈਂਟਸ ਹੁਣ ਸਟੂਡੈਂਟਸ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ ਜਿਹੜੇ ਦੋਸਤ ਆਉਣ ਵਾਲੇ ਇਨਟੇਕਸ ਲਈ ਇਨਰੋਲ ਹੋਣਾ ਚਾਹੁੰਦੇ ਆ, ਕਿਤੇ ਨਾ ਕਿਤੇ ਸਪਟੈਂਬਰ ਇਨਟੇਕ ਕਿਸੇ ਕਾਰਨਾਂ ਕਰਕੇ ਮਿਸ ਕਰ ਰਿਹਾ, ਤਾਂ ਉਹ ਆਪਣੀ ਐਪਲੀਕੇਸ਼ਨਸ ਨੂੰ ਬਿਲਕੁਲ ਲੇਟ ਨਾ ਕਰਨ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ US ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਰਸ਼ ਚੱਲਦਾ, ਅਪੁਆਇੰਟਮੈਂਟਸ ਨੂੰ ਲੈ ਕੇ ਵੀ ਸਭ ਤੋਂ ਜ਼ਿਆਦਾ ਸਮੇਂ ਲੱਗਦਾ। ਸੋ ਜਿੰਨੀ ਜਲਦੀ ਹੋ ਸਕਦਾ ਆਪਣੀ ਐਪਲੀਕੇਸ਼ਨਸ ਨੂੰ ਰੈਡੀ ਕਰੋ, ਬ੍ਰੌਡਵੇ ਦੀ ਟੀਮ ਨੂੰ ਮਿਲੋ, ਆਪਣੀਆਂ ਐਪਲੀਕੇਸ਼ਨਸ ਨੂੰ ਜਲਦੀ ਤੋਂ ਜਲਦੀ ਸਬਮਿਟ ਕਰੋ। US ਦੇ ਵਿੱਚ ਵੀਜ਼ਾ ਲੈਣਾ ਇਸ ਸਮੇਂ ਸਭ ਤੋਂ ਸੌਖਾ ਕੰਮ ਹੋਇਆ ਪਿਆ, ਔਰ ਵੀਜ਼ੇ ਦੀ ਕੋਸਟ ਕਿੰਨੀ ਆ ਜਾਂਦੀ ਹੈ, ਤਕਰੀਬਨ 80 ਤੋਂ 95 ਹਜ਼ਾਰ ਦੇ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਂਦਾ। ਫੀਸ ਤੁਹਾਡੀ ਵੀਜ਼ੇ ਤੋਂ ਬਾਅਦ ਜਾਂਦੀ ਹੈ, ਫੀਸ ਤੁਸੀਂ 3 ਮਹੀਨੇ 6 ਮਹੀਨੇ ਦੀ ਵੀ ਦੇ ਕੇ ਜਾ ਸਕਦੇ ਹੋ। ਉੱਥੇ ਜਾ ਕੇ ਆਪਣੀ ਕੰਟਰੀ ਆਪਣੀ ਕੋਰਸ ਜਾਂ ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਉਹ ਵੀ ਫਲੈਕਸੀਬਿਲਿਟੀ ਤੁਹਾਡੇ ਕੋਲ ਹੁੰਦੀ ਹੈ, ਦੂਜੀ ਕੰਟਰੀਆਂ ਵਾਂਗੂ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਉੱਥੇ ਨਹੀਂ ਹੁੰਦੀ। ਕਰੀਅਰਸ ਨੂੰ ਲੈ ਕੇ, ਜੋਬਸ ਨੂੰ, ਪਾਰਟ ਟਾਈਮ ਜੋਬਸ ਨੂੰ ਲੈ ਕੇ ਗੱਲ ਕਰੀਏ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਉੱਤੇ ਮੈਨੂੰ ਕੁਛ ਕਹਿਣ ਦੀ ਲੋੜ ਹੈ ਕਿ US 'ਚ ਤੁਸੀਂ ਕਿੰਨਾ ਕਮਾ ਸਕਦੇ ਹੋ, ਕਿੰਨਾ ਕੰਮ ਕਰ ਸਕਦੇ ਹੋ। ਜਿਸ ਕੰਟਰੀ 'ਚ ਲੋਕ ਵਿਚਾਰੇ ਜੰਗਲਾਂ 'ਚ ਜਾ ਕੇ ਕੰਧਾਂ ਟੱਪ ਕੇ ਵੀ ਆਪਣਾ ਵਧੀਆ ਫਿਊਚਰ ਬਣਾ ਲੈਂਦੇ ਨੇ, ਤਾਂ ਸੋਚੋ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।